ਤੁਹਾਡਾ ਨਾਮ ਹੈ ਮੱਟ ਸ਼ੇਰੋਂ ਵਾਲਾ ਮੇਰਾ ਨਾਮ ਹੈ ਰਣਜੀਤ ਖਾਨ ਓਕੇ ਰਣਜੀਤ ਖਾਨ ਕਿਉਂਕਿ ਤਕਰੀਬਨ ਹਾਂਜੀ ਪਰਤਨਾ ਰਣਜੀਤ ਖਾਨ ਹੈ ਵੈਸੇ ਮੈਨੂੰ ਗੀਤਾਂ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਮੱਟ ਸ਼ੇਰੋਂ ਵਾਲਾ ਹੈ ਬਿਲਕੁਲ ਸਰ ਕਿਉਂਕਿ ਜਿੰਨੇ ਵੀ ਤੁਹਾਨੂੰ ਲੋਕੀ ਨੇ ਤੁਹਾਡੇ ਚਿਹਰੇ ਤੇ ਜਾਣਦੇ ਨੇ ਸਾਰੇ ਮੱਟ ਸ਼ੇਰੋਂ ਵਾਲੇ ਦੇ ਨਾਮ ਤੇ ਹੀ ਜਾਣਦੇ ਨੇ ਹਾਂਜੀ ਹਾਂਜੀ ਮੱਟ ਮੇਰਾ ਕੱਚਾ ਛੋਟਾ ਨਾਮ ਹੈ ਤੇ ਸ਼ੇਰੋਂ ਮੇਰਾ ਪਿੰਡ ਹੈ ਜੀ ਠੀਕ ਹੈ ਕਿਉਂਕਿ ਤੁਸੀਂ ਮੱਟ ਸ਼ੇਰੋਂ ਵਾਲੇ ਨਾਮ ਤੇ ਹੀ ਫੇਮਸ ਹੋ ਠੀਕ ਹੈ ਸਰ ਓਕੇ ਜੀ ਨੇ ਤੁਸੀਂ ਸਰ ਜੋ ਮਤਲਬ ਕਿ ਪੜ੍ਹਾਈ ਸੀਗੀ ਉਹ ਕਿੱਥੋਂ ਤੇ ਕਿੱਥੇ ਤੱਕ ਕੀਤੀ ਹੈ ਮੈਂ ਪੜ੍ਹਾਈ ਵੀ ਸਿਰਫ 10 ਪੜ੍ਹਿਆ ਹੋਇਆ 10 ਪੜ੍ਹਨ ਤੋਂ ਬਾਅਦ ਮੈਂ ਆਰਮੀ ਦੀ ਜੌਬ ਜੁਆਇਨ ਕਰ ਲਈ ਸੀਗੀ ਮਿਲਟਰੀ ਦੀ ਜਾ ਕੇ ਮੈਂ 17 ਸਾਲ ਲਾ ਕੇ ਆਇਆ ਤੇ ਹੁਣ ਮੈਨੂੰ 3 ਸਾਲ ਹੋ ਗਏ ਰਿਟਾਇਰ ਹੋਏ ਓਕੇ ਤੁਸੀਂ ਰਿਟਾਇਰ ਹੋ ਆਰਮੀ ਚੋਂ ਠੀਕ ਹੈ ਸਰ ਓਕੇ ਤੇ ਸਰ ਤੁਸੀਂ ਜਿਹੜਾ ਆਪਣੀ ਰਾਈਟਿੰਗ ਹੈ ਤੁਹਾਡੀ ਕਲਮ ਹੈ ਇਹ ਤੁਹਾਡੇ ਹੱਥ 'ਚ ਕਦੋਂ ਆਈ ਇਹ ਜੀ 2008 'ਚ ਓਕੇ 2008 'ਚ ਲਿਖਣਾ ਸਟਾਰਟ ਕੀਤਾ ਸੀਗਾ ਹਾਂਜੀ ਹਾਂਜੀ ਮੇਰਾ ਗਾਣਾ ਰਿਕਾਰਡ ਹੋਇਆ ਸੀ 2008 ਦੇ ਵਿੱਚ ਕਿਹੜਾ ਗਾਣਾ ਸੀ ਸਰ ਆਪਣਾ ਉਹ ਸੀਗਾ ਗੁੱਡ ਨਾਈਟ ਕਿਹੜੇ ਸਿੰਗਰ ਵੱਲੋਂ ਗਾਇਆ ਸੀਗਾ ਉਹ ਜੋਤੀ ਗਿੱਲ ਤੋਂ ਠੀਕ ਹੈ ਜੋਤੀ ਗਿੱਲ ਗਾਇਆ ਠੀਕ ਹੈ ਸਰ ਤੇ ਸਰ ਹੁਣ ਮੇਨ ਮੁੱਦੇ ਗੱਲ ਤੇ ਆਉਂਦੇ ਆਪਾਂ ਸਰ ਅਸੀਂ ਪੁੱਛਣਾ ਚਾਹਾਂਗੇ ਜੋ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਉੱਭਰੇ ਹੋਏ ਕਲਾਕਾਰ ਨੇ ਸਰ ਹਨਾ ਉਹ ਸ਼ੁਰੂ ਤੋਂ ਹੀ ਸਰ ਕਿਸੇ ਨਾ ਕਿਸੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ ਹਾਂਜੀ ਤੇ ਕੀ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਵਿਵਾਦ ਪਹਿਲੀ ਗੱਲ ਤਾਂ ਵਿਵਾਦ ਸ਼ਬਦ ਮੈਂ ਲੈਣਾ ਨਹੀਂ ਚਾਹੁੰਦਾ ਠੀਕ ਹੈ ਸਰ ਨਾ ਨਹੀਂ ਲੈਣਾ ਚਾਹੁੰਦਾ ਵਿਵਾਦ ਤਾਂ ਅਗਲਾ ਬਣਾਉਂਦਾ ਅਗਲੇ ਦੇਖ ਜਿਹੜੇ ਕਲਾਕਾਰ ਨੇ ਗੀਤਕਾਰ ਨੇ ਨਾ ਉਹ ਜੋ ਆਪਦੇ ਅਰਾਊਂਡ ਦੇਖਦੇ ਆ ਨਾ ਜੋ ਉਹਨਾਂ ਨੂੰ ਲੱਗਦਾ ਵੀ ਯਾਰ ਗਲਤ ਹੋ ਰਿਹਾ ਉੱਥੇ ਗਾਉਂਦੇ ਆ ਉਹ ਹਾਂਜੀ ਹਨਾ ਉੱਥੇ ਬੋਲਦੇ ਆ ਫਿਰ ਉਹ ਸੱਚ ਸਹਿਣਾ ਬੋਲਣਾ ਤਾਂ ਔਖਾ ਹੀ ਹੈ ਸੱਚ ਸਹਿਣਾ ਵੀ ਫਿਰ ਬਹੁਤ ਔਖਾ ਹੋ ਜਾਂਦਾ ਲੋਕਾਂ ਨੂੰ ਬਿਲਕੁਲ ਸਰ ਬਿਲਕੁਲ ਜੀ ਨਹੀਂ ਸਰ ਮੈਂ ਮੇਰੀ ਗੱਲ ਤੁਸੀਂ ਦੇਖੋ ਸਰ ਜੋ ਤੁਸੀਂ ਤੁਹਾਡੇ ਦੀ ਗੱਲ ਸ਼ੁਰੂ ਕਰ ਤੁਸੀਂ ਰਾਈਟਰ ਹੋ ਤੁਸੀਂ ਲਿਖਦੇ ਹੋ ਹਾਂਜੀ ਠੀਕ ਹੈ ਸਰ ਕੀ ਸਰ ਰਾਈਟਰ ਹੀ ਅਜਿਹਾ ਲਿਖਦਾ ਹੁੰਦਾ ਜੋ ਕਲਾਕਾਰ ਨੇ ਤਾਂ ਗਾ ਦੇਣਾ ਜੋ ਰਾਈਟਰ ਨੇ ਦੇਤਾ ਕਲਾਕਾਰ ਨੇ ਗਾਤਾ ਕੀ ਸਰ ਰਾਈਟਰ ਵੱਲੋਂ ਹੀ ਅਜਿਹਾ ਲਿਖਿਆ ਜਾਂਦਾ ਜੋ ਲੋਕ ਨੇ ਉਹਨਾਂ ਦਿਲੋਂ ਠੇਸ ਪਹੁੰਚਦੀ ਹੈ ਜਾਂ ਸਰ ਕੁਝ ਲੋਕ ਨੇ ਜੋ ਸੁਰੱਖਿਆ ਵਿੱਚ ਆਉਣ ਵਾਸਤੇ ਅਜਿਹੇ ਕਦਮ ਚੱਕਦੇ ਨੇ ਦੇਖੋ ਦੇਖੋ ਜਿਹੜਾ ਗੀਤਕਾਰ ਹੈ ਹਨਾ ਹਾਂਜੀ ਉਹਨੇ ਆਪਦੇ ਜਜ਼ਬਾਤ ਲਿਖ ਦੇਣੇ ਨੇ ਫਿਰ ਕਲਾਕਾਰ ਨੂੰ ਕਲਾਕਾਰ ਵੀ ਸੁਰਾਂ ਦੀ ਹਨਾ ਹਾਂਜੀ ਸਮਝ ਲੈ ਕੇ ਬਣਿਆ ਹੁੰਦਾ ਕਲਾਕਾਰ ਉਹ ਇਦਾਂ ਕਿੱਦਾਂ ਕਰੂਗਾ ਕੁਝ ਆਖੇ ਕੁਛ ਵੀ ਬੋਲ ਉਹ ਪਹਿਲਾਂ ਉਹਨੂੰ ਸਿਲੈਕਟ ਕਰਦਾ ਹੈ ਕੰਪੋਜ਼ ਬਣਾਉਂਦਾ ਉਹਦੀ ਫਿਰ ਗਾਉਂਦਾ ਤੇ ਗੀਤਕਾਰ ਦਾ ਕੋਈ ਜਾਣ ਬੁੱਝ ਕੇ ਮੁੱਦਾ ਬਣਾਉਣ ਦਾ ਨਹੀਂ ਹੁੰਦਾ ਜੋ ਉਹਦੇ ਸਾਹਮਣੇ ਹੁੰਦਾ ਲੋਕ ਉਹੀ ਗਾਣਾ ਹਿੱਟ ਹੋ ਜੇ ਲੋਕਾਂ ਨੂੰ ਜਸੂਗਾ ਵੀ ਹਾਂ ਯਾਰ ਇਦਾਂ ਹੁੰਦਾ ਇਦਾਂ ਜੇ ਹੁੰਦਾ ਤਾਂ ਹੀ ਗਾਣਾ ਬਣ ਠੀਕ ਹੈ ਸਰ ਜੇ ਆਪਾਂ ਹੁਣ ਅੱਜ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਜੀ ਨੇ ਜੋ ਉੱਭਰ ਹੋਏ ਕਲਾਕਾਰ ਨੇ ਉਹਨਾਂ ਦਾ ਗਾਣਾ ਆਇਆ ਸੀਗਾ ਹਾਂਜੀ ਠੀਕ ਹੈ ਸਰ ਤੇ ਉਸ ਤੇ ਸਰ ਕਾਫੀ ਵਿਵਾਦ ਘਿਰੇ ਹੋਏ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਵੀ ਜੇ ਤਾਂ ਤੁਹਾਡੇ ਸਾਹਮਣੇ ਪੱਥਰਾਂ ਨੂੰ ਦੁੱਧ ਨਹੀਂ ਪਾ ਰਹੇ ਲੋਕ ਹਾਂਜੀ ਵਿਵਾਦਾਂ ਵਿੱਚ ਆਉਣ ਦਾ ਕੀ ਚੱਕਰ ਹੈ ਕਿ ਇਹ ਸੁਰੱਖਿਆ ਵਿੱਚ ਆਉਣ ਵਾਸਤੇ ਕਰਦੇ ਲੋਕ ਕੁਛ ਲੋਕ ਨੇ ਜੋ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਨੇ ਹਾਂਜੀ ਵਿਵਾਦ ਖਾਈ ਬਿਲਕੁਲ ਸਰ ਠੀਕ ਹੈ ਸਰ ਠੀਕ ਹੈ ਸਰ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਠੀਕ ਹੈ ਸਰ ਥੈਂਕ ਯੂ ਸੋ ਮਚ ਜੀ।